ਅਸਲਾਮ ਵਾਲੇਕਮ। ਅੱਜ ਅਸੀਂ ਆਏ ਹਾਂ ਜੀ ਬਾਹਰ, ਅਤੇ ਐਡੀ ਕੋਈ ਗਰਮੀ ਹੋਈ ਹੈ ਬਰੋ, ਤੁਸੀਂ ਸੋਚ ਨਹੀਂ ਸਕਦੇ। ਕਹਿ ਲਓ ਕਿ ਉਹਨਾਂ ਨੇ ਆਖਿਆ ਸੀ 38 ਹੋਣਾ, ਲੇਕਿਨ ਫੀਲ ਲਾਈਕ 48। ਇੰਨੀ ਕੋਈ ਹਬਸ ਹੋਈ ਹੈ ਨਾ, ਅਸੀਂ ਇੱਥੇ ਬੈਠੇ ਅੰਦਰ, ਅਤੇ ਅਸੀਂ ਗਰਮੀ ਆਏ ਹਾਂ, ਖਾਣ ਆਏ ਹਾਂ ਬਰਗਰ, ਗੱਲ ਹੈ ਕਰਨੇ ਵਾਲੀ। ਅਸੀਂ ਆ ਕੇ ਗਰਮੀ ਅਸੀਂ ਵੀ ਨਹੀਂ ਛੱਡਣਾ ਹੈ, ਬਰਗਰ ਫਰਾਈਜ਼ ਖਾਣੇ ਨੇ, ਅਤੇ ਉਹ ਇੱਥੇ ਉੱਥੇ ਏਸੀ ਵੀ ਲੱਗੀ ਹੈ, ਦੇਖੋ ਏ ਸੀ ਲੱਗੀ ਹੈ, ਬਾਈ ਏਸੀ ਕੀ ਲਾਇਆ ਨੇ, ਪੱਖਾ ਵੀ ਲਾਇਆ, ਲੇਕਿਨ ਕੋਈ ਮਤਲਬ ਕੁਝ ਨਹੀਂ, ਕਿਉਂਕਿ ਕੋਈ ਨਹੀਂ, ਕਿਚਨ ਵਿੱਚ ਹੀ ਹੈ ਅਤੇ ਫੁੱਲ ਮਤਲਬ ਗਰਮੀ ਹੈ। ਲੇਕਿਨ ਆ ਗਿਆ ਹੁਣ ਖਾਣਾ ਤਾਂ ਆਈਏ, ਫਿਰ ਭੁੱਖ ਲੱਗੀ, ਦਿਲ ਕਰ ਰਿਹਾ ਖਾਣ, ਤਾਂ ਮਤਲਬ ਗਰਮੀ ਵਾਸਤੇ ਬੰਦਾ ਖਾਵੇ ਹੀ ਨਾ, ਅਤੇ ਬਸ ਹੁਣ ਬਾਅਦ ਖਾਣਾ ਆਉਣ ਲੱਗਾ, ਅਤੇ ਖਾਣਾ ਆਉਂਦਾ ਤਾਂ ਫਿਰ ਚੈੱਕ ਕਰਨੇ ਆ, ਅਸੀਂ ਬਾਅਦ ਠੰਡਾ ਖਾਵਾਂਗੇ, ਕਿਉਂਕਿ ਉਸ ਤੋਂ ਬਗੈਰ ਫਿਰ ਬਹੁਤ ਕੰਮ ਨਹੀਂ ਹੁੰਦਾ ਫਿਰ। ਅਤੇ ਅੱਜ ਭਾਈਜਾਨ ਨਾਲ ਨੇ, ਭਾਈਜਾਨ ਨੇ ਸ਼ਾਮ, ਅਤੇ ਇੱਧਰੋਂ ਭਾਈਜਾਨ ਮਨਸ਼ਾ ਵੀ ਨਾਲ ਹੀ ਨੇ। ਪੱਖਾ ਬੰਦ ਕਰਵਾਇਆ, ਇੰਨੀ ਕੁਛ ਗਰਮ ਹਵਾ ਨਾ ਪੱਖੇ ਦੀ, ਮੈਂ ਯਾਰ ਰਹਿਣ ਦਿਉ, ਜਿੰਨਾ ਕੋਈ ਏਰੀਆ ਕਵਰ ਹੀ ਨਹੀਂ ਵੀ ਆਉਂਦਾ ਏਸੀ ਨਾਲ, ਹਬਸ ਬੜੀ ਹੋਈ ਹੈ ਯਾਰ, 48 ਫੀਲ ਹੋ ਰਿਹਾ, ਅਤੇ ਇੱਥੇ ਬੈਠੇ ਬੈਠੇ ਪਸੀਨੇ ਆ ਰਹੇ ਨੇ, ਫੁੱਲ ਟਾਈਮ ਪਸੀਨੇ ਬਹਿ ਬਹਿ ਕੇ। ਪਹਿਲਾਂ ਖਤਮ ਆ ਕੀ ਹੈ, ਅੱਛੇ ਫਰਾਈਜ਼ ਹੋ, ਜ਼ਿੰਗਰ ਅੱਛਾ ਹੋ, ਵਾਜੀ ਵਾਹ ਜੀ। ਚਲੋ ਜੀ ਭਾਈ, ਜ਼ਿੰਗਰ ਚੈੱਕ ਕਰੀਏ, ਸਹੀ ਲੱਗ ਰਿਹਾ, ਮਜ਼ਾ ਆ ਗਿਆ, ਫੁੱਲ ਪਸੀਨਾ ਆ ਰਿਹਾ, ਹੈ ਕਿ ਨਹੀਂ, ਮਜ਼ਾ ਆ ਰਿਹਾ ਹੈ ਭਾਈ ਜੀ, ਗੁੱਡ ਹੈ ਭਾਈ ਨਾ, ਸ਼ੁਕਰ ਹੈ ਬਾਹਰ ਨਿਕਲੇ ਭਾਈ। ਹੋਏ ਹੋਏ, ਗਰਮੀ ਬਾਹਰ ਹੀ ਬੜੀ ਹੈ, ਅੰਦਰ ਨਾਲ ਤਾਂ ਬਿਹਤਰ ਹੈ ਬਾਈ, ਅੰਦਰ ਨਾਲ ਤਾਂ ਬਹੁਤ ਬਿਹਤਰ ਹੈ। ਹਬਸ ਹੋਏ, ਹਬਸ ਬਹੁਤ ਹਬਸ ਅੱਜ ਕੱਲ੍ਹ ਯਾਰ, ਇੰਨੀ ਕੋਈ ਗਰਮੀ ਹੈ ਨਾ, ਹਵਾ ਹੈ ਹੀ ਕੋਈ ਨਹੀਂ, ਤੁਸੀਂ ਆਖੋ ਨਾ ਹਵਾ ਜ਼ੀਰੋ ਹੈ ਬਾਹਰ, ਦੋ ਦਿਨ ਹੋ ਗਏ ਨੇ, ਰਾਤ ਨੂੰ ਵੀ, ਰਾਤ ਨੂੰ ਮਤਲਬ ਤੁਸੀਂ ਕਹਿ ਲਓ ਕਿ ਪਿੰਡ ਵੀ ਬੰਦੇ ਬਾਹਰ ਸੁੱਤੇ ਹੁੰਦੇ ਨੇ ਪੱਖਾ ਲਾ ਕੇ, ਮਤਲਬ ਇੰਨੀ ਕੋਈ ਹਬਸ ਹੋਈ ਨਹੀਂ, ਤੁਹਾਨੂੰ ਪਤਾ ਹਵਾ ਹੁੰਦੀ ਹੈ ਪਿੰਡ ਵਿੱਚ, ਲੇਕਿਨ ਉਹਨਾਂ ਇੰਝ ਹਬਸ ਹੋਈ ਹੈ ਨਾ, ਬਸ ਅਸੀਂ ਪਤਾ ਕਿ ਅੰਦਰ ਬਹਿ ਖਾ ਲਿੱਤਾ, ਬਸ ਖਾ ਹੀ ਲਿਆ, ਲੇਕਿਨ ਅੱਛਾ ਖਾਣਾ, ਅੱਛਾ ਸੀ ਖਾਣਾ, ਅੱਛਾ ਸੀ ਤਾਂ ਅਸੀਂ ਖਾਂਦੇ ਰਹੇ। ਕਹਿੰਦਾ ਜੀ ਆਈਸਕ੍ਰੀਮ ਖਾਣੀ ਹੈ, ਮੈਂ ਕਿਹਾ ਜੀ ਆਈਸਕ੍ਰੀਮ ਖਾ ਲੈਂਦੇ ਹਾਂ, ਕਿ ਐਸੀ ਕਿਹੜੀ ਗੱਲ ਹੈ। ਕਹਿੰਦਾ ਜੀ ਸਪੈਸ਼ਲ ਕੋਮ ਵਿੱਚ ਪਾ ਕੇ ਦਿਓ ਸਾਨੂੰ, ਬੜੀ ਸਪੈਸ਼ਲ ਬਣਾ ਰਹੇ ਨੇ, ਹਾਂ ਸਪੈਸ਼ਲ ਕੋਨ ਹੈ ਜੀ ਸਪੈਸ਼ਲ, ਚਲੋ ਜੀ ਟਰਾਈ ਕਰਨੇ ਆ ਜੀ। ਹਰ ਮਜ਼ਾ ਆ ਗਿਆ ਯਾਰ, ਇਹ ਭਾਜੀਆਂ ਖਿਲਾ ਰਹੇ ਨੇ ਇਹਨਾਂ ਦੀ ਸਾਲ ਗਿਰੇ, ਮੈਂ ਖਵਾ ਲਓ ਖਾਂਦੇ ਹਾਂ ਜੀ, ਫਲੂਦਾ ਨਹੀਂ ਖਾਂਦਾ ਜਾ ਕੇ ਖਾਂਦੇ ਹਾਂ। ਇੱਧਰ ਬਣਾਉਂਦਾ, ਹਾਂ ਜੀ ਅਸੀਂ ਆ ਗਏ ਹਾਂ ਘਰ, ਰੂਮ ਪੁਰਸਕੂਨ ਮਾਹੌਲ ਹੈ ਇੱਥੇ, ਆਰਾਮ ਨਾਲ ਵੇਖੋ ਨਾ ਅਸੀਂ ਉੱਤੇ ਨਜ਼ਾਰੇ ਲੈ ਰਹੇ ਹਾਂ ਇਸ ਟਾਈਮ, ਜੇ ਤੁਹਾਨੂੰ ਦੱਸਿਆ ਸੀ ਬਾਜ਼ਾਰ ਵੀ ਤਾਂ ਵਾਕਈ ਬਹੁਤ ਹੀ ਗਰਮੀ ਸੀ, ਅਸੀਂ ਖਾਣਾ ਤਾਂ ਖਾ ਲਿੱਤਾ ਸੀ, ਲੇਕਿਨ ਆ ਕੇ ਚਲੋ ਉਸ ਤੋਂ ਬਾਅਦ ਆ ਕੇ ਠੰਡਾ ਖਾਧਾ ਨਿਕਲਿਆ ਸੀ, ਮੈਂ ਯਾਰ ਉਨੀ ਬਹਿਣ ਪਾਉਂਦਾ, ਅਤੇ ਵੇਖੋ ਨਾ ਘਰ ਇੱਥੇ ਪੁਰਸਕੂਨ ਮਾਹੌਲ ਇੱਥੇ, ਵਾਪ ਹੀ ਲੱਗਦੀ ਹੈ ਸਾਨੂੰ, ਮਜ਼ਾ ਆ ਰਿਹਾ ਇਸ ਟਾਈਮ। ਅਤੇ ਸਾਡੇ ਨਾਲ ਬੜੀ ਟ੍ਰੈਜਡੀ ਹੋਈ ਹੈ, ਅਸੀਂ ਸੁਬਹ ਨਿਕਲੇ ਗੁਜਰਾਤ, ਅਤੇ ਅਸੀਂ ਪੁੱਛੇ ਉੱਥੇ ਜੀ ਕੀ ਨਾਂ ਸੀ, ਰਾਮ ਪਿਆਰੀ ਪੈਲਸ, ਉਹ ਗੁਜਰਾਤ ਮਿਊਜ਼ੀਅਮ ਬਣੇ ਆ, ਉੱਥੇ ਪਹੁੰਚਿਆ ਤਾਂ ਉਹ ਕਹਿੰਦੇ ਜਨਾਬ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਇੱਥੇ, ਅਤੇ 20 ਰੁਪਏ ਐਂਟਰੀ ਹੈ ਸੀ, ਲੇਕਿਨ ਅੱਛਾ ਤੁਸੀਂ ਜਾਓ, ਮਤਲਬ ਹੈ ਕਿ 10 ਮਿੰਟ ਤੁਸੀਂ ਘੁੰਮ ਲੈਣਾ, ਪੁਰਾਣੀ ਚੀਜ਼ਾਂ ਪੀਣ, ਥੋੜ੍ਹੀ ਇੰਡਸ ਵੈਲੀ ਵਾਲੀਆਂ, ਕੋਈ ਗੁਜਰਾਤ ਦਾ ਉੱਤੇ ਮਤਲਬ ਬਣੇ ਹੈ, ਅਤੇ ਸੋਨੀ ਮਾਈਵਾਲ ਆ ਉੱਥੇ,
ਉਹਦੀ ਫੋਟੋ ਲਾਈਨ ਹੈ ਨਾ, ਉਹ ਮਤਲਬ ਸਿਸਟਮ ਜੇ ਬਣਿਆ ਠੀਕ ਹੈ, ਮਤਲਬ ਫੋਟੋਸ਼ੂਟ ਵਾਸਤੇ ਤੁਹਾਨੂੰ ਸਪੈਸ਼ਲ ਪਰਮਿਟ ਲੈਣਾ ਪੈਂਦਾ, ਯੂਟਿਊਬ ਵਾਸਤੇ ਤੁਹਾਨੂੰ ਮੈਂ ਨਹੀਂ ਯਾਰ ਰਹਿਣ ਦਿਉ। ਉਹ ਸਾਡਾ ਕੰਮ ਖਰਾਬ ਹੋਇਆ, ਸੁਬਹਾ ਅਸੀਂ ਉੱਥੇ ਪਹੁੰਚ ਕੇ 10 ਵਜੇ ਕਹਿੰਦੇ ਨਹੀਂ ਜੀ 4 ਵਜੇ ਬੰਦ ਹੁੰਦਾ, ਉਸ ਤੋਂ ਬਾਅਦ ਅਸੀਂ ਡੱਕੀ ਦਾ ਦੁੱਧ ਪੀਣ ਗਏ, ਉਹ ਵੀ ਕਹਿੰਦੇ ਬਾਈ ਤੁਸੀਂ ਕਿੱਥੇ ਸੁਬਹਾ 10 ਵਜੇ 11 ਵਜੇ ਆ ਗਏ ਹੋ, ਉਹ ਖੁੱਲ੍ਹਦਾ ਸ਼ਾਮੀ 4-5 ਵਜੇ ਰਾਤ 1 ਵਜੇ ਤੱਕ, ਉਹ ਵੀ ਸਾਡਾ ਮਿਸ ਹੋ ਗਿਆ। ਅਤੇ ਮੈਂ ਚੰਗੇ ਰਹਿ ਗਏ ਕਿ ਦਿਨ ਨੂੰ ਘਰ ਆਏ ਹਾਂ, ਮੈਂ ਕੀ ਕਰੀਏ, ਅਤੇ ਚਲੋ ਆਇਆ ਕਿ ਅੱਜ ਬਰਗਰ ਹੀ ਖਾਏ ਹਾਂ, ਇਹ ਵੀ ਠੀਕ ਹੋ ਗਿਆ, ਅਤੇ ਚਲੋ ਇੰਨਾ ਫਿਰ ਦਿਨ ਹੋ ਹੀ ਜਾਂਦਾ, ਫਿਰ ਇੰਨਾ ਬੰਦਾ ਕਰ ਹੀ ਲੈਂਦਾ। ਤਾਂ ਕਿ ਹੁਣ ਅਸੀਂ ਦਿਨ ਐਂਡ ਕਰਾਂ ਦੀ ਇੱਥੇ ਆਰਾਮ ਨਾਲ ਰਿਲੈਕਸ ਕਰਾਂ ਦੇ, ਫਿਰ ਇੱਥੇ ਇੰਜੋਇਮੈਂਟ ਕਰ ਰਹੇ ਹਾਂ, ਅਤੇ ਐਂ ਸਾਡਾ ਦਿਨ ਮਾਸ਼ਾਅੱਲਾ ਜੀ ਐਂਡ ਹੋ ਜਾਣਾ ਫਿਰ। ਚਲੋ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੌਗ ਵਿੱਚ।